ਮੁਝਾਜ ਦੇ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਸਿਆਸੀ ਤਾਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸੱਤਾ ਚਾਹੁੰਦੇ ਨੇ ਤਾਂ ਪੰਜਾਬ ਦੇ ਵਿੱਚ ਹੁਣ ਦਲਿਤ ਡਿਪਟੀ ਸੀਐਮ ਤੋਂ ਬਾਅਦ ਹਿੰਦੂ ਡਿਪਟੀ ਸੀਐਮ ਵੀ ਜਿਹੜਾ ਹੈ ਉਹ ਲਗਾਇਆ ਜਾਵੇਗਾ ਸਾਡੇ ਨਾਲ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਜਿਨੇ ਰਖੜਾ ਸਾਹਿਬ ਪਹਿਲਾਂ ਦਲਿਤ ਡਿਪਟੀ ਸੀਐਮ ਦਾ ਐਲਾਨ ਹੋਇਆ ਤੇ ਹੁਣ ਹਿੰਦੂ ਡਿਪਟੀ ਸੀਐਮ ਦਾ ਕੀ ਕੁਝ ਪਾਰਟੀ ਦੇ ਮਨ ਦੇ ਵਿੱਚ ਸੀ ਕਿ ਹਿੰਦੂ ਵੋਟ ਬੈਂਕ ਨੂੰ ਤੁਹਾਨੂੰ ਪਤਾ ਵੀ ਸਾਹ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ। ਉਹਨਾਂ ਨੇ ਹਮੇਸ਼ਾ ਹੀ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੀ ਹੈ। ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ। ਜਿੱਥੇ-ਜਿੱਥੇ ਵੀ ਕੋਈ ਧਰਮ ਦੇ ਬਲਾਇਆ ਹਰ ਜਗ੍ਹਾ ਦੇ ਉੱਤੇ ਐਜੇ ਮੁੱਖ ਮੰਤਰੀ ਹੋ ਗਏ ਨੇ। ਤੇ ਅੱਜ ਵੀ ਉਸੇ ਫਿਲਾਸਫੀ ਤੇ ਚੱਲ ਕੇ ਸਾਹ ਸੁਖਵੀਰ ਸਿੰਘ ਬਾਦਲ ਨੇ ਸਾਰੀ ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਡਿਪਟੀ ਮੁੱਖ ਮੰਤਰੀ ਐਸਸੀ ਭਾਈਚਾਰੇ ਦੇ ਵਿੱਚੋਂ ਦਲਤ ਭਾਈਚਾਰੇ ਚੋਂ ਹੋਣਾ ਚਾਹੀਦਾ ਤੇ ਉਹਦੇ ਨਾਲ ਡਿਪਟੀ ਮੁੱਖ ਮੰਤਰੀ ਹਿੰਦੂ ਪਾਈਚਾਰੇ ਦੇ ਵਿੱਚ ਵੀ ਹੋਣਾ ਚਾਹੀਦਾ ਤਾਂ ਕਿ ਆਪਾਂ ਜਿਹੜੀ ਸਾਂਝੀ ਬਾਲਤਾ ਦਾ ਆਪਦੇਸ਼ ਹੈ ਉਹ ਦੇ ਚੱਕੀਏ ਸੋ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਸਾਡੇ ਗੁਰੂ ਸਾਹਿਬਾਨ ਦਾ ਫਲਸਫਾ ਹੈ ਕਿ ਆਪਾਂ ਆਪਣੇ ਭਾਈਚਾਰੇ ਨੂੰ ਆਪਣੇ ਸਾਂਝ ਨੂੰ ਕਾਇਮ ਰੱਖਣਾ ਹੈ ਸਾਰਿਆਂ ਨੂੰ ਬਰਾਬਰਤਾ ਦਾ ਸਨਾਨ ਦੇਣਾ ਪਰ ਤੁਹਾਨੂੰ ਲੱਗਦਾ ਕਿ ਜਦੋਂ ਤੋਂ ਬੀਜੇਪੀ ਨਾਲ ਗੱਠਜੋੜ ਵੱਖ ਹੋਇਆ ਹੈ ਉਸ ਤੋਂ ਬਾਅਦ ਜੋ ਤੁਸੀਂ ਐਲਾਨ ਕੀਤਾ ਹੈ ਉਹਦੇ ਜ਼ਰੀਏ ਜੋ ਖਾਲੀਪਣ ਸੀ ਉਹ ਭਰਿਆ ਜਾਏਗਾ ਦੇਖੋ ਖਾਲੀਪਣ ਜਾਂ ਨਾਂ ਭਰਨ ਦੀ ਗੱਲ ਨਹੀਂ ਹੈ ਗਲਤ ਇਹ ਹੈ ਕੋਈ ਬੀਜੇਪੀ ਦੇ ਸਿਧਾਂਤ ਤੇ ਸਾਡੀ ਲੜਾਈ ਹੋਈ ਹੈ ਇਹ ਨਹੀਂ ਕੋਈ ਲੈਂਡ ਦੇਣ ਪਿੱਛੇ ਸਾਡੀ ਲੜਾਈ ਨਹੀਂ ਹੋਈ ਕੋਈ ਲੈਂਡ ਦੇਣ ਦੀ ਗੱਲ ਹੋਵੇ ਸ਼ੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਪਾਰਟੀ ਰਹੀ ਹੈ ਕਿਸਾਨਾਂ ਦੇ ਲਈ ਲੜਾਈ ਲੜਦੀ ਰਹੀ ਹੈ ਤੇ ਜਦੋਂ ਉਹਨਾਂ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਤਾਂ ਸ਼ੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਛੱਡ ਕੇ ਆਲਬੀਦਾ ਕਹਿਤਾ ਸ਼ੋਮਣੀ ਅਕਾਲੀ ਦਲ ਦੀ ਇੱਕ ਜਿਹੜੀ ਦੇਖ ਹੈ ਜਾਂ ਪਾਰਟੀ ਦੀ ਜਿਹੜੀ ਪਹੁੰਚ ਹੈ ਉਹ ਇੱਕ ਪੰਥਕ ਪਾਰਟੀ ਦੇ ਤੌਰ ਤੇ ਰਹੀ ਹੈ ਹਮੇਸ਼ਾ ਤੁਹਾਨੂੰ ਲੱਗਦਾ ਹੈ ਕਿ ਇਸ ਐਲਾਨ ਤੋਂ ਬਾਅਦ ਜਿਹੜਾ ਹਿੰਦੂ ਵੋਟ ਬੈਂਕ ਹੈ ਉਹ ਅਕਾਲੀ ਦਲ ਦੇ ਨਾਲ ਤੁਰੇਗਾ ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਜੋ Hindu ਨੇ ਪੰਜਾਬ ਦੇ ਉਹਨਾਂ ਨੂੰ ਅਕਾਲੀ ਦਲ ਦੇ ਨਾਲ ਆਉਣਾ ਚਾਹੀਦਾ ਦੇਖੋ ਪਹਿਲਾਂ ਵੀ Hindu ਤਕਰੀਬਨ ਤਕਰੀਬਨ ਸ਼ੋਮਨੀ ਕਾਲੀ ਦਲ ਦੇ ਨਾਲ ਜਿਹ ਸਭ ਤੋਂ ਵੱਧ ਟਿਕਟਾਂ ਦਿੱਤੀਆਂ ਤਾਂ ਸ਼ੋਮਨੀ ਕਾਲੀ ਦਲ ਨੇ ਟਿਕਟਾਂ ਦਿੱਤੀਆਂ ਜਿਹ ਸਭ ਤੋਂ ਵੱਧ ਕੈਂਡੀਡੇਟ ਜਿੱਤੇ ਨੇ ਤਾਂ ਸ਼ੋਮਨੀ ਕਾਲੀ ਦਲ ਦੇ ਜਿੱਤੇ ਨੇ ਤਕਰੀਬਨ ਸਾਡੇ ਲਈ Hindu ਸਿੱਖ ਇਸਾਈ ਸਾਰੇ ਬਰਾਬਰ ਦੀ ਭਾਈਵਾਸਤ ਦੀ ਗੱਲ ਹੈ ਜੇ ਮੈਂ ਦੱਸਿਆ ਵੀ ਸਾ ਪ੍ਰਕਾਸ਼ ਨੇ ਬਾਲ ਤਾਂ ਸਾਦਾ ਫਲਸਫਾ ਸੀ ਕਿ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ ਹੈ ਆਪ ਸਾਂਝੀ ਭਾਈਚਾਰਕ ਸਾਂਝ ਮਰਾਂ ਕੇ ਰੱਖਣੀ ਹੈ ਤੇ ਜੋ ਆਪ ਵਿੱਚ ਡਿਫਰੈਂਸ਼ੀਏ ਸ਼ੁਰੂ ਹੋ ਜਾਂਦੇ ਨੇ ਆਪਾਂ ਉੱਚ-ਨੀਚ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਫਲਸਫਾ ਇਹੀ ਹੈ ਕਿ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਆਪਾਂ ਮਨੁੱਖਤਾ ਦੀ ਸੇਵਾ ਕਰਨੀ ਹੈ ਮਨੁੱਖਤਾ ਦਾ ਏਮ ਲੈ ਕੇ ਚੱਲਣਾ ਸੋ ਉਹਦੇ ਉੱਤੇ ਚੱਲਦੇ ਹੋਏ ਇਹ ਗੱਲ ਹੋ ਰਹੀ ਹੈ ਅਸੀਂ ਕੀ ਮੰਨ ਕੇ ਚੱਲੀਏ ਕਿ ਹੁਣ ਤੁਸੀਂ ਜੋ Hindu ਉਮੀਦਵਾਰ ਹੋਣਗੇ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੇ ਦੇਖੋ ਵਧ ਵੀ ਸਕਦੀ ਹੈ ਇਦੇ ਚ ਗਿਣਤੀ ਨਾਲ ਕੋਈ ਸਬੰਧ ਨਹੀਂ ਹੈ ਗਿਣਤੀ ਵੱਧ ਵੀ ਸਕਦੀ ਹੈ ਬੀਜੇਪੀ ਨੂੰ ਪਹਿਲਾਂ ਤੁਸੀਂ ਸੀਟਾਂ ਦਿੰਦੇ ਸੀ ਜ਼ਿਆਦਾਤਰ ਹਿੰਦੂ ਜਿਹੜੀਆਂ ਸੀ ਬੀਜੇਪੀ ਕੋ ਸੀਟਾਂ ਹੁੰਦੀਆਂ ਸੀ ਕੀ ਇਸ ਵਾਰ ਅਕਾਲੀ ਦਲ ਉਸ ਪਾਸੇ ਤੁਰੇਗਾ ਨਹੀਂ ਭਾਈ ਪਹਿਲਾਂ ਵੀ ਦਿੱਤੀਆਂ ਨੇ ਪਹਿਲਾਂ ਵੀ ਬੀਜੇਪੀ ਨਾ ਵੀ ਵੱਧ ਟਿਕਟਾਂ ਸ਼ੋਮਨੀ ਕਲਦਲ ਨੇ ਦਿੱਤੀਆਂ ਨੇ ਕਾਂਗਰਸ ਨਾ ਵੀ ਵੱਧ ਟਿਕਟਾਂ ਸ਼ੋਮਨੀ ਕਲਦਲ ਨੇ ਹਰ ਪਾਰਟੀ ਨਾ ਵੱਧ ਹਿੰਦੂਆਂ ਨੂੰ ਟਿਕਟਾਂ ਸੀ ਦਿੱਤੀਆਂ ਨੇ ਤੇ ਫੇਰ ਵੀ ਹੁਣ ਅੱਗੇ ਵਾਸਤੇ ਵੀ ਇਹੀ ਹੁਣ ਦਲਤਾਂ ਦਾ ਵੀ ਇਹੀ ਹੁਣ ਸੋ ਇਹ ਤਾਂ ਮੈਂ ਦੱਸਿਆ ਵੀ ਸ਼ੁਰੂ ਤੋਂ ਹੀ ਫਲਸਫਾ ਹੈਗਾ ਸਪ੍ਰਕਾਸ਼ ਸਿੰਘ ਵਾਲ ਦੀ ਸੋਚ ਆ ਇਹ ਕਿਆ ਪਸਾਰ ਨੂੰ ਨਾਲ ਲੈ ਕੇ ਚੱਲਣਾ ਤੇ ਚੱਲ ਰਹੇ ਇਹ ਚੱਲ ਇਹ ਐਸੇ ਤਰ੍ਹਾਂ ਸ਼ੁਰੂ ਹੋਊਗਾ ਅੱਗੇ ਵੀ ਹਾਂ ਫਿਊਚਰ ਵੀ ਇਦਾਂ ਰਹੂ ਕਾਕਾ ਸਾਹਿਬ ਜੋ ਕਿਸਾਨਾਂ ਦਾ ਅੰਦੋਲਨ ਹੈ ਉਹ ਲਗਾਤਾਰ ਜਾਰੀ ਹੈ 7 ਮਹੀਨੇ ਤੋਂ ਵਧੇਰੇ ਸਮਾਂ ਹੋ ਗਿਆ ਮੌਨਸੂਨ ਦਾ ਸੈਸ਼ਨ ਵੀ ਆਉਣ ਵਾਲਾ ਹੈ ਤੇ ਕਿਸਾਨ ਇਹ ਕਹਿ ਰਹੇ ਕਿ ਜੋ ਵੀ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਸਾਡਾ ਮਸਲਾ ਉੱਥੇ ਚੁੱਕਣਾ ਚਾਹੀਦਾ ਹੈ ਸਦਨ ਦੇ ਵਿੱਚ ਤੇ ਬਾਈਕਾਟ ਨਹੀਂ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਬਾਈਕਾਟ ਕਰਨ ਦੇ ਸੀ ਹੱਕ ਹੀ ਨਹੀਂ ਉੱਥੇ ਜਾਵਾਂਗੇ ਲੜਾਈ ਲੜਾਂਗੇ ਬਿੱਲ ਲੈ ਕੇ ਆਵਾਂਗੇ ਕਿ ਜਿੰਨੀਆਂ ਵੀ ਆਪੋਸ਼ਨ ਪਾਰਟੀਆਂ ਨੇ ਉਸ ਬਿੱਲ ਦੇ ਉੱਤੇ ਸਾਈਨ ਕਰਨ ਸਾਰੀ ਆਪੋਸ਼ਨ ਇਕੱਠੀ ਹੋਵੇ ਸਰਕਾਰ ਦੇ ਖਿਲਾਫ ਤਾਂ ਕਿ ਤਿੰਨੇ ਕਾਨੂੰਨ ਵਾਪਸ ਕਰ ਸਕੀਏ ਜਿੰਨਾ ਚਿਰ ਇਕੱਠੇ ਨਹੀਂ ਤਾਂ ਕੋਈ ਗੱਲ ਨਹੀਂ ਬਣਦੀ ਸ਼ੋਮਨੀ ਕੱਲ ਦਾ ਲੀਡ ਲਊਗਾ ਮਤਾ ਲੈ ਕੇ ਆਊਗਾ ਕਿ ਵੀ ਆਪਾਂ ਸਾਰੇ ਜਣੇ ਮਤਾ ਲੈ ਕੇ ਆਈਏ ਤੇ ਅੱਜ ਸੱਤ ਸਵੀਰ ਸਿੰਘ ਬਾਦਲ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਤੇ ਉਹ ਮਤਾ ਲੈ ਕੇ ਆਵਾਂਗੇ ਸਾਰਿਆਂ ਨੂੰ ਬੇਨਤੀ ਕਰਾਂਗੇ ਹੱਥ ਵਨ ਕੇ ਬੇਨਤੀ ਕਰਾਂਗੇ ਕਿ ਆਪਾਂ ਸਾਰੇ ਜਣੇ ਅੰਦਰ ਬੈਠ ਕੇ ਇਹ ਲੜਾਈ ਲੜੀਏ ਬਾਈਕਾਟ ਨਾਲ ਕੁਝ ਨਹੀਂ ਕਰਨਾ ਹੈ ਕਿਸਾਨ ਜੀ ਦੇ ਬੰਦੇ ਨੇ ਕਿਹਾ ਵੀ ਬਾਈਕਾਟ ਨਾ ਕਰੋ ਪਰ ਅਸੀਂ ਸਾਡੇ ਆਪਣਾ ਮੰਨ ਵੀ ਆ ਵੀ ਬਾਈਕਾਟ ਕਰਕੇ ਤਾਂ ਉਹਨਾਂ ਨੂੰ ਸਪੋਰਟ ਕਰਨ ਵਾਲ ਉਦੇ ਵਿਰੋਧ ਦੇ ਵਿੱਚ ਖੜੇ ਹੋਈਏ ਜਦੋਂ ਸਾਰੀ ਆਪੋਜੀਸ਼ਨ ਖੜੀ ਹੋਊਗੀ ਤਾਂ ਉਹਨਾਂ ਦੀ ਮਜਬੂਰੀ ਹੋਊਗੀ ਮਜਬੂਰੀ ਬਣ ਜੂਗੀ ਇਹ ਜਿਹੜੇ ਕાય ਕਾਨੂੰਨ ਨੇ ਤਿੰਨੇ ਵਾਪਸ ਲੈਣੇ ਆ ਪਰ ਤੁਹਾਨੂੰ ਕੀ ਲੱਗਦਾ ਕਿ ਇੰਨਾ ਸਮਾਂ ਹੋ ਗਿਆ ਕੇਂਦਰ ਦੀ ਸਰਕਾਰ ਹਲੇ ਵੀ ਕੋਈ ਧਿਆਨ ਨਹੀਂ ਦੇ ਰਹੀ ਤੀ ਦੂਜੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਬਿਜਲੀ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਨੇ ਵਿਰੋਧ ਕੀਤਾ ਸੀ ਇਸ ਵਾਰ ਉਹ ਬਿੱਲ ਕੇਂਦਰ ਦੀ ਸਰਕਾਰ ਲੈ ਕੇ ਆ ਰਹੀ ਹੈ ਸਾਡੇ ਵਿੱਚ ਦੇਖੋ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਭਾਪੀ ਹੈ ਇਹ ਕਿਉਂ ਕਿਸਾਨਾਂ ਦਾ ਇਹਨਾਂ ਵਿਰੋਧ ਕਰ ਰਹੀ ਹੈ ਕਿਉਂ ਉਹਦੇ ਉਲਟ ਚੱਲ ਰਹੀ ਹੈ ਜੇ ਇਹਹੀ ਬਿੱਲ ਲੈ ਕੇ ਆਉਣੇ ਸੀ ਕਿਸਾਨਾਂ ਨੂੰ ਬੁਲਾਉਂਦੇ ਉਹਨਾਂ ਨਾਲ ਸਲਾਹ ਕਰਦੇ ਕਿਉਂਕਿ ਡੈਮੋਕ੍ਰੇਸੀ ਹੈ ਜੇ ਅੱਜ ਬੀਜੇਪੀ ਸਰਕਾਰ ਇਹਦਾ ਲੋਕਾਂ ਦੀ ਸਰਕਾਰ ਲੈਂਦੀ ਹੈ ਤੇ ਲੋਕਾਂ ਦੀ ਜਿਹੜੇ ਕਿਸਾਨਾਂ ਦੀ ਗਿਣਤੀ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਸਭ ਤੋਂ ਵੱਧ ਗਿਣਤੀ ਕਿਸਾਨਾਂ ਦੀ ਹੈ ਸਾਰੀ ਆਪਣੀ ਜਿਹੜੀ ਇਕਨੋਮੀ ਹੈ ਉਹ ਵੀ ਕਿਸਾਨੀ ਤੇ ਖੜੀ ਹੈ ਪੰਜਾਬ ਦੀ ਤਾਂ ਆਪਾਂ ਖਾਸ ਕਰਕੇ ਗੱਲ ਲਈਏ ਕਿਉਂਕਿ ਐਗਰੀਕਲਚਰ ਸਟੇਟ ਹੈ ਸੋ ਇਹਨਾਂ ਨੂੰ ਬੁਲਾ ਲੈਣਾ ਪੁੱਛ ਲੈਣਾ ਇਹਦੀ ਮਰਜ਼ੀ ਨਾਲ ਕਰ ਲੈਂਦੇ ਤੇ ਸਾਰਿਆਂ ਨੇ ਫੁੱਲ ਚੜਾਉਣੇ ਸੀ ਪਰ ਨਹੀਂ ਚਲਾਏ ਡਿਕਟੇਟਰਸ਼ਿਪ ਕਰ ਲਈ ਤੇ ਅੱਜ ਉਹ ਭੁਗਤ ਰਹੇ ਨੇ ਅੱਜ ਤਾਂ ਉਹਨਾਂ ਨੂੰ ਜੇ ਸਹੀ ਮੈਨੇਜ ਕਰ ਲਈਏ ਕਿ ਭੱਜਣ ਨੂੰ ਥਾਉ ਨਹੀਂ ਸਿਉਂਦਾ ਹੁਣ ਤਾਂ ਉਹ ਕਹਿ ਰਹੇ ਨੇ ਤੁਸੀਂ ਰੋਜ਼ ਤੁਸੀਂ ਵੀ ਪੜਦੇ ਮੀਡੀਆ ਦੇ ਵਿੱਚ ਕਿ ਜੋ ਮਰਜ਼ੀ ਕਰਾ ਲਓ ਕਾਨੂੰਨ ਵਾਪਸ ਨਾ ਕਰਾਓ ਜੇ ਇਹ ਗੱਲ ਪਹਿਲਾਂ ਕਰ ਲੈਂਦੇ ਤਾਂ ਮੇਰਾ ਖਿਆਲ ਹੈ ਨੌਬਤ ਨਹੀਂ ਸੀ ਆਉਣੀ ਭਾਜਪਾ ਕਹਿੰਦੀ ਅਸੀਂ 117 ਸੀਟਾਂ ਤੇ ਚੋਣ ਲੜਾਂਗੇ ਕੀ ਹਾਲਤ ਰਹੇਗੀ ਬੀਜੇਪੀ ਦੀ ਸਥਿਤੀ ਦੇਖੋ ਵੋਟਾਂ ਦਾ ਲੋਕਾਂ ਨੇ ਪਾਉਣੀਆਂ ਨੇ 117 ਸੀਟਾਂ ਲੜਨ ਦਾ ਹੱਕ ਬਣ ਪਰ ਜੋ ਹਾਲਾਤ ਹੋਣਗੇ ਥੋੜੇ ਸਾਹਮਣੇ ਆ ਜਾਣਗੇ ਚਲਦੇ ਨੂੰ ਮੈਂ ਉਹ ਗੱਲ ਕਹਾ ਚੰਗੀ ਨਹੀਂ ਲੱਗਦੀ ਪਰ ਉਹ ਥੋੜੇ ਸਾਹਮਣੇ ਆ ਜਾਣਗੇ ਕਿਸਾਨ ਅੰਦੋਲਨ ਦਾ ਤੁਹਾਨੂੰ ਰੋਲ ਕੀ ਲੱਗਦਾ ਹੈ ਕਿ ਇਸ ਵਾਰ ਦੀਆਂ ਚੋਣਾਂ ਚ ਜਿਹੜਾ ਕਿਸਾਨ ਅੰਦੋਲਨ ਜੇ ਲਗਾਤਾਰ ਜਾਰੀ ਰਹੇ ਤਾਂ ਇਹਦਾ ਕਿੰਨਾ ਕਸਰ ਰਹੇਗਾ ਪੰਜਾਬ ਦੀ ਸਿਆਸਤ ਦੇਖੋ ਕਿਸਾਨਾਂ ਦਾ ਅੰਦੋਲਨ ਦਾ ਬਹੁਤ ਬੜਾ ਯੋਗਦਾਨ ਹੈ ਬਹੁਤ ਬੜਾ ਹੱਦ ਹੈ ਸਾਰੇ ਅਸੀਂ ਪੰਜਾਬੀਆਂ ਜਿਨੇ ਅਸੀਂ ਸਾਰੇ ਕਿਸਾਨ ਆ ਇਹਦੇ ਸਭ ਤੋਂ ਵੱਡਾ ਰੋਲ ਹੈ ਆ ਠੀਕ ਰਹੂਗਾ ਪੋਜ਼ਿਟਿਵ ਰਹੂਗਾ ਵਧੀਆ ਰਹੂਗਾ ਸੁਇਸ਼ਾਨ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰਖੜਾ ਜਿਨ੍ਹਾਂ ਨੇ ਕਿਹਾ ਕਿ ਡਿਪਟੀ ਸੀਐਮ ਹਿੰਦੂ ਐਲਾਨਣ ਦਾ ਮਕਸਦ ਇਹ ਹੈ ਕਿ ਪਾਈਚਾਰਕ ਸਾਂਝ ਮਜ਼ਬੂਤ ਹੋਵੇ ਤੇ ਉਹ ਉਮੀਦ ਕਰ ਰਹੇ ਨੇ ਕਿ ਜੋ ਹਿੰਦੂ ਪਾਈਚਾਰਾ ਹੈ ਉਹ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਖੜੇਗਾ ਕੈਮਰਾ ਪਰਸਨ ਵਿੰਤੇਜ ਦੇ ਨਾਲ ਕੁਲਵਿੰਦਰ ਸਿੰਘ ਲਿਵਿੰਗ ਇੰਡੀਅਨ న్యూਸ ਚੰਡੀਗੜ੍ਹ